ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ। ਬਹੁਤ ਸਾਰੇ ਸਵਾਲ ਨੇ, ਪਹਿਲਾਂ ਤਾਂ ਇੱਕ ਆਪਾਂ ਅੱਜ ਦੀ ਵੀਡੀਓ ਵਿੱਚ ਇਸ ਸਵਾਲ ਨੂੰ ਲੈ ਕੇ ਵੀ ਕਲੈਰਿਟੀ ਦੇਣੀ ਹੈ ਕਿ ਜਿਹੜੇ ਸਟੂਡੈਂਟਸ ਦੀ ਪ੍ਰੋਫਾਈਲ ਪਹਿਲਾਂ ਹੀ ਵੀਕ ਹੈ, ਪਰਸੈਂਟੇਜ ਥੋੜ੍ਹੀ ਜਿਹੀ ਘੱਟ ਲੱਗ ਰਹੀ ਹੈ, ਅਤੇ ਜਿਹੜਾ ਕਿਸ ਤਰੀਕੇ ਨਾਲ ਉਹਨਾਂ ਨੂੰ ਅੱਗੋਂ ਕੋਰਸ ਦੀ ਸਿਲੈਕਸ਼ਨ ਕਰਨੀ ਚਾਹੀਦੀ, ਜਾਂ ਫਿਰ ਅੱਗੋਂ ਆਪਣੀ ਪ੍ਰੋਫਾਈਲ ਨੂੰ ਸਟਰੋਂਗ ਬਣਾਉਣ ਲਈ ਉਹਨਾਂ ਨੂੰ ਕਿਸ ਤਰ੍ਹਾਂ ਦੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਦੂਜੀ ਆਪਾਂ ਗੱਲ ਅੱਜ ਦੀ ਵੀਡੀਓ ਵਿੱਚ ਮਾਸਟਰਸ ਵਾਲੇ ਸਟੂਡੈਂਟਸ ਲਈ ਜ਼ਰੂਰ ਕਰਨੀ ਹੈ, ਵੀ ਮਾਸਟਰਸ ਉਹ ਆਲਰੇਡੀ ਕਰ ਚੁੱਕੇ ਨੇ ਤਾਂ ਕੀ ਉਹ ਦੁਬਾਰਾ ਜਦੋਂ ਹੁਣ ਅਪਲਾਈ ਕਰਨਾ ਉਹਨਾਂ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ, ਦੁਬਾਰਾ ਮਾਸਟਰਸ ਲਈ ਅਪਲਾਈ ਕਰ ਸਕਦੇ ਨੇ? ਇਹ ਵੀ ਕਨਫਿਊਜ਼ਨ ਜੋ ਹੈ ਬਹੁਤ ਪਾਈ ਜਾ ਰਹੀ ਹੈ ਸਟੂਡੈਂਟਸ ਵਿੱਚ। ਸੋ ਅੱਜ ਇਹ ਪੂਰੀ ਕਲੈਰਿਟੀ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਦੇਣ ਜਾ ਰਹੇ ਹਾਂ, ਅਤੇ ਇਹ ਸਾਰੀਆਂ ਗੱਲਾਂ ਧਿਆਨ ਨਾਲ ਜ਼ਰੂਰ ਸੁਣੋ ਅਤੇ ਆਪਣੇ ਫਰੈਂਡਸ ਨਾਲ ਵੀ ਇਹ ਵੀਡੀਓ ਅੱਜ ਦੀ ਜ਼ਰੂਰ ਸਾਂਝੀ ਕਰ ਦੇਣਾ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬਰੋਡ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਚੀਮਾ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮਨਪ੍ਰੀਤ ਜੀ, ਜਿਹੜੇ ਡਾਊਟਸ ਉੱਪਰ ਅੱਜ ਗੱਲ ਕਰਨੀ ਹੈ ਉਹ ਤੁਸੀਂ ਸੁਣ ਚੁੱਕੇ ਹੋ ਕਿ ਜਿਸ ਤਰ੍ਹਾਂ ਦੇ ਸਾਡੇ ਕੋਲ ਸਵਾਲ ਆਉਂਦੇ ਨੇ, ਅਸੀਂ ਉਸੇ ਸਵਾਲਾਂ ਦੇ ਜਵਾਬ ਉਹਨਾਂ ਦੀ ਕਲੈਰਿਟੀ ਤੁਹਾਡੇ ਤੋਂ ਜੋ ਹੈ ਸਟੂਡੈਂਟਸ ਨਾਲ ਸਾਂਝੀ ਕਰਦੇ ਹਾਂ। ਤਾਂ ਜ਼ਰੂਰ ਪਹਿਲਾਂ ਆਪਾਂ ਵੀਕ ਪ੍ਰੋਫਾਈਲ ਦੀ ਜਦੋਂ ਗੱਲ ਕਰਦੇ ਹਾਂ ਕਿ ਕੁਛ ਹਰ ਤਰ੍ਹਾਂ ਦੀ ਮਿਕਸ ਪ੍ਰੋਫਾਈਲਸ ਹੁੰਦੀਆਂ ਨੇ, ਥੋੜ੍ਹੀ ਜਿਹਨਾਂ ਦੀ ਪਰਸੈਂਟੇਜ ਥੋੜ੍ਹੀ ਜਿਹੀ ਘੱਟ ਰਹਿ ਜਾਂਦੀ ਹੈ, ਥੋੜ੍ਹੀ ਆਪਾਂ ਵੀਕ ਪ੍ਰੋਫਾਈਲ ਜਿਸਨੂੰ ਥੋੜ੍ਹਾ ਆਸਟ੍ਰੇਲੀਆ ਦੇ ਮੰਨ ਲਈਏ, ਤਾਂ ਉਹਨਾਂ ਨੂੰ ਆਪਣੀ ਸਿਲੈਕਸ਼ਨ ਦੇ ਵਿੱਚ ਕਿਸ ਕਿਸ ਥਾਂ 'ਤੇ ਬਹੁਤ ਧਿਆਨ ਰੱਖਣਾ ਚਾਹੀਦਾ ਤਾਂ ਕਿ ਆਪਣੀ ਵੀਕ ਪ੍ਰੋਫਾਈਲ ਨੂੰ ਸਟਰੋਂਗ ਬਣਾ ਕੇ ਫਾਈਲ ਲਗਾ ਸਕਣ? ਜ਼ਰੂਰ ਹਰਜੋਤ ਜੀ, ਦੇਖੋ ਕੁਛ ਬੱਚੇ ਹੁੰਦੇ ਆ ਕਿ ਕਿਸੇ ਵੀ ਰੀਜ਼ਨ ਤੋਂ ਉਹਨਾਂ ਦੀ ਕੁਛ ਪਰਸੈਂਟੇਜ ਪਲੱਸ ਟੂ ਦੇ ਵਿੱਚ ਘੱਟ ਰਹਿ ਜਾਂਦੀ ਹੈ ਜਾਂ ਮਾਸਟਰਸ ਦੇ ਵਿੱਚ ਬੈਚਲਰਸ ਦੇ ਵਿੱਚ ਘੱਟ ਰਹਿ ਜਾਂਦੀ ਹੈ, ਉਹਦਾ ਇਹ ਮਤਲਬ ਨਹੀਂ ਹੈ ਕਿ ਬੱਚਾ ਇੰਟੈਲੀਜੈਂਟ ਨਹੀਂ ਹੈ ਜਾਂ ਬੱਚਾ ਜਾ ਨਹੀਂ ਸਕਦਾ ਹੁਣ ਦੁਬਾਰਾ ਆਸਟ੍ਰੇਲੀਆ ਅਪਲਾਈ ਨਹੀਂ ਕਰ ਸਕਦਾ। ਦੇਖੋ ਬਹੁਤ ਯੂਨੀਵਰਸਿਟੀਜ਼ ਨੂੰ ਵੀ ਪਤਾ ਹੈ, ਆਸਟ੍ਰੇਲੀਅਨ ਯੂਨੀਵਰਸਿਟੀਜ਼ ਨੂੰ ਜਾਂ ਕਿਸੇ ਵੀ ਕੰਟਰੀ ਦੀ ਕੋਈ ਵੀ ਯੂਨੀਵਰਸਿਟੀ ਹੈ, ਉਹਨਾਂ ਨੂੰ ਵੀ ਪਤਾ ਹੈ ਕਿ ਹਰ ਬੱਚਾ ਸੇਮ ਲੈਵਲ ਦਾ ਨਹੀਂ ਹੁੰਦਾ, ਕੋਈ 50% ਵਾਲਾ ਵੀ ਹੋਏਗਾ, ਕੋਈ 90% ਵਾਲਾ ਵੀ ਹੋਏਗਾ। ਤਾਂ ਜਿਹਦੀ ਪਰਸੈਂਟੇਜ ਘੱਟ ਹੈ ਕੀ ਉਹ ਬੱਚਾ ਅਪਲਾਈ ਕਰ ਸਕਦਾ ਕਿ ਨਹੀਂ? ਯੈਸ, ਡੈਫੀਨੇਟਲੀ ਉਹ ਬੱਚਾ ਅਪਲਾਈ ਕਰ ਸਕਦਾ। ਹਰ ਯੂਨੀਵਰਸਿਟੀ ਦੇ ਕੋਲ ਪਾਥਵੇ ਪ੍ਰੋਗਰਾਮ ਹੁੰਦੇ ਨੇ, ਜਿੱਦਾਂ ਤੁਸੀਂ ਕਹਿ ਲਓ ਕਿ ਡੀਕਨ ਯੂਨੀਵਰਸਿਟੀ ਹੈ ਜਾਂ ਲਟਰੋਵ ਯੂਨੀਵਰਸਿਟੀ, ਇਹਨਾਂ ਦੇ ਆਪਣੇ ਕਾਲਜਿਜ਼ ਨੇ। ਅਗਰ ਕਿਸੇ ਬੱਚੇ ਦਾ ਪਰਸੈਂਟੇਜ ਘੱਟ ਹੈ ਤਾਂ ਉਹਦੇ 'ਚ ਕੀ ਹੁੰਦਾ ਕਿ ਬੱਚੇ ਨੂੰ ਇੱਕ ਸਾਲ ਡਿਪਲੋਮਾ ਕਰਨਾ ਪੈਂਦਾ, ਫਿਰ ਉਹ ਪਾਥਵੇ ਲੈ ਕੇ ਸੈਕਿੰਡ ਈਅਰ ਦੇ ਵਿੱਚ ਬੈਚਲਰਸ ਦੇ ਵਿੱਚ ਅਪਲਾਈ ਕਰਦਾ। ਟੋਟਲ ਉਹਨੂੰ 3 ਈਅਰਸ ਦੀ ਹੀ ਆਫਰ ਲੈਟਰ ਮਿਲਦੀ ਹੈ, ਬੱਚੇ ਨੂੰ ਡਿਗਰੀ ਵੀ ਬੈਚਲਰਸ ਹੀ ਮਿਲੇਗੀ। ਸਿਰਫ ਇੱਕ ਯੂਨੀਵਰਸਿਟੀ ਕਹਿੰਦੀ ਹੈ ਕਿ ਅਗਰ ਤੁਹਾਡੀ ਪਲੱਸ ਟੂ ਦੇ ਵਿੱਚ ਪਰਸੈਂਟੇਜ ਘੱਟ ਹੈ ਤਾਂ ਤੁਸੀਂ 1 ਸਾਲ ਦਾ ਡਿਪਲੋਮਾ ਕਰਕੇ ਬਾਕੀ ਬੱਚਿਆਂ ਦੇ ਲੈਵਲ 'ਤੇ ਆ ਜਾਓ ਜਿਹੜੇ ਆਲਰੇਡੀ ਡਾਇਰੈਕਟਲੀ ਬੈਚਲਰਸ 'ਚ ਆਏ ਆ, ਫਿਰ ਅਸੀਂ ਸੈਕਿੰਡ ਈਅਰ 'ਚ ਤੁਹਾਨੂੰ ਬੈਚਲਰਸ ਦੇ ਵਿੱਚ ਸ਼ਿਫਟ ਕਰ ਦਾਂਗੇ ਜਦੋਂ ਤੁਹਾਡਾ ਲੈਵਲ ਪ੍ਰੋਪਰ ਉਸ ਲੈਵਲ 'ਤੇ ਇੰਗਲਿਸ਼ ਜਾਂ ਤੁਹਾਡਾ ਆਪਣਾ ਨੌਲੇਜ ਲੈਵਲ ਜਾਂ ਅਡੈਪਟੀ ਆਪਣਾ ਤੁਸੀਂ ਅਡੈਪਟ ਕਰ ਲਓਗੇ ਜਦੋਂ ਉਸ ਕੋਰਸ ਨੂੰ, ਤਾਂ ਅਸੀਂ ਤੁਹਾਨੂੰ ਸੈਕਿੰਡ ਈਅਰ ਦੇ ਵਿੱਚ ਸ਼ਿਫਟ ਕਰ ਦਾਂਗੇ। ਤਾਂ ਇਹ ਬਹੁਤ ਅੱਛੇ ਕੋਰਸਿਸ ਆ, ਇਹਨਾਂ ਦੇ ਵਿੱਚ ਵੀਜ਼ਾ ਸਕਸੈਸ ਰੇਟ ਵੀ ਬਹੁਤ ਅੱਛਾ, ਕਿਉਂਕਿ ਯੂਨੀਵਰਸਿਟੀਜ਼ ਖੁਦ ਕਰਵਾ ਰਹੀਆਂ ਇਹ ਡਿਪਲੋਮਾਸ ਨੂੰ। ਇਹ ਨਹੀਂ ਹੈ ਕਿ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਡਿਪਲੋਮਾ ਕਰ ਰਹੇ ਹੋ, ਤੁਸੀਂ ਪ੍ਰੋਪਰ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ ਪੜ੍ਹੋਗੇ, ਉੱਥੋਂ ਹੀ ਤੁਹਾਨੂੰ ਯੂਨੀਵਰਸਿਟੀ ਦੇ ਵਿੱਚ ਸ਼ਿਫਟ ਮਿਲ ਜਾਣਾ। ਪ੍ਰੋਪਰ 3 ਈਅਰਸ ਦੀ ਡਿਗਰੀ ਮਿਲਣੀ ਹੈ, ਸਕਾਲਰਸ਼ਿਪਸ ਅਵੇਲੇਬਲ ਹੈ, ਔਰ ਹਾਈ ਕਮਿਸ਼ਨ ਵੀ ਵੀਜ਼ਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਰਦਾ ਇੱਦਾਂ ਦੇ ਬੱਚਿਆਂ ਦੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਅਗਰ ਇਹਦਾ ਲੈਵਲ ਇੰਨਾ ਹੁੰਦਾ ਤਾਂ ਇਹ ਸਿੱਧਾ ਡਾਇਰੈਕਟ ਬੈਚਲਰਸ 'ਚ ਜਾਂਦਾ। ਇਹ ਬੱਚਾ ਡਿਪਲੋਮਾ ਟੂ ਡਿਗਰੀ 'ਚ ਇਸੇ ਕਰਕੇ ਜਾ ਰਿਹਾ ਕਿਤੇ ਨਾ ਕਿਤੇ ਇਹਦੀ ਪ੍ਰੋਫਾਈਲ ਦੇ ਵਿੱਚ ਕੋਈ ਪਰਸੈਂਟੇਜ ਦੇ ਵਿੱਚ ਇਹਦੇ ਸ਼ਾਇਦ ਤਾਂ ਉਹਦੀ ਪਰਸੈਂਟੇਜ ਘੱਟ ਹੈ ਤਾਂ ਬੱਚੇ ਨੇ ਅਪਲਾਈ ਕੀਤਾ, ਜਾਂ ਇਹਦਾ ਆਇਲ ਸਕੋਰ ਘੱਟ ਹੈ। ਦੋਨੋਂ ਫੈਕਟਰਸ ਦੇ ਵਿੱਚ ਬੱਚਾ ਡਿਪਲੋਮਾ ਦੇ ਥਰੂ ਬੈਚਲਰਸ ਦੇ ਵਿੱਚ ਜਾਂਦਾ। ਸੋ ਅਗਰ ਬੱਚੇ ਦੇ ਪਲੱਸ ਟੂ ਦੇ ਵਿੱਚ ਨੰਬਰ ਘੱਟ ਹੈ ਤਾਂ ਉਹ ਕੋਸ਼ਿਸ਼ ਕਰੇ ਕਿ ਮੇਰੀ ਐਟਲੀਸਟ ਆਇਲਸ ਦੇ ਵਿੱਚ ਸਕੋਰ ਅੱਛਾ ਆ ਜਾਏ। ਫੋਰ ਐਗਜ਼ਾਮਪਲ ਨੋਨ ਮੈਡੀਕਲ ਦਾ ਬੱਚਾ, ਉਹਦੇ ਫਿਜ਼ਿਕਸ ਕੈਮਿਸਟਰੀ ਦੇ ਵਿੱਚ ਨੰਬਰ ਘੱਟ ਹੈ ਬਟ ਉਹਦੇ ਇੰਗਲਿਸ਼ 'ਚ ਨੰਬਰ ਅੱਛਾ, ਤਾਂ ਉਹ ਆਇਲਸ 'ਚ ਅੱਛੇ ਸਕੋਰ ਕਰ ਸਕਦਾ। ਐਟਲੀਸਟ ਕੋਈ ਪੁਆਇੰਟ ਹੋਵੇ ਵੀਜ਼ਾ ਆਫਿਸਰ ਕੋਲ ਵੀ ਉਹਨੂੰ ਵੀਜ਼ਾ ਦੇਣ ਦਾ ਕਿ ਚਲੋ ਅਗਰ ਇਹਦੀ ਪਰਸੈਂਟੇਜ ਘੱਟ ਹੈ ਬਟ ਇਹਦਾ ਇੰਗਲਿਸ਼ ਦਾ ਲੈਵਲ ਇੰਨਾ, ਇਹਦੀ ਅਡੈਪਟੀ ਮਤਲਬ ਇਹਦਾ ਇੰਨਾ ਅਡੈਪਟੀ ਬਿਲਟੀ ਹੈ ਇਹਦੀ ਬੱਚੇ ਦੀ ਕਿ ਇਹ ਆਰਾਮ ਨਾਲ ਕੋਪ ਅਪ ਕਰ ਸਕਦਾ ਜੇ ਅਸੀਂ ਇਹਨੂੰ ਐਡਮਿਸ਼ਨ ਦੇ ਵੀ ਦੇਵਾਂਗੇ ਆਪਣੇ ਕਾਲਜ ਦੇ ਵਿੱਚ, ਇਹ ਪੜ੍ਹ ਸਕਦਾ ਉੱਥੇ ਜਾ ਕੇ। ਤਾਂ ਮੈਂ ਇਹੀ ਸੁਜੈਸਟ ਕਰੂੰਗਾ ਕਿ ਅਗਰ ਕਿਸੇ ਬੱਚੇ ਦੀ ਪਰਸੈਂਟੇਜ ਘੱਟ ਹੈ
ਤਾਂ ਬੱਚਾ ਡਰੇ ਨਾ ਕਿ ਮੇਰਾ ਹੁਣ ਵੀਜ਼ਾ ਨਹੀਂ ਆਏਗਾ, ਮੈਂ ਕਿਸ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੂੰਗਾ, ਉਹ ਡਿਪਲੋਮਾ ਟੂ ਡਿਗਰੀ ਦੇ ਵਿੱਚ ਅਪਲਾਈ ਕਰ ਸਕਦਾ ਔਰ ਉਹਨੂੰ ਵੀਜ਼ਾ ਵੀ ਮਿਲ ਜਾਏਗਾ। ਜੀ 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 ਬਿਲਕੁਲ, ਅਤੇ ਅਗਲੀ ਵੀ ਗੱਲ ਦੀ ਕਲੈਰਿਟੀ ਜ਼ਰੂਰ ਦੇ ਦਿਓ ਜਿਨ੍ਹਾਂ ਨੇ ਪਹਿਲਾਂ ਮਾਸਟਰਸ ਕੀਤੀ ਹੋਈ ਹੈ, ਕਿ ਦੁਬਾਰਾ ਉਹ ਮਾਸਟਰਸ ਲਈ ਜੋ ਹੈ ਅਪਲਾਈ ਕਰਨਾ ਚਾਹੁਣ ਤਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ, ਤਾਂ ਅਗਰ ਦੁਬਾਰਾ ਉਹਨਾਂ ਨੇ ਕੋਈ ਮਾਸਟਰਸ ਕਰਨੀ ਹੈ ਤਾਂ ਕਿਸ ਤਰ੍ਹਾਂ ਦੀ ਅੱਗੋਂ ਮਾਸਟਰਸ ਲਈ ਉਹਨਾਂ ਨੂੰ ਕੋਰਸ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਐਡਵਾਂਸ ਕੋਰਸਿਸ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਸਵਾਲ ਨੇ ਕਿ ਕਈ ਕਹਿੰਦੇ ਨੇ ਜੀ ਸਾਨੂੰ ਕਿਹਾ ਜਾ ਰਿਹਾ ਕਿ ਇੱਕ ਵਾਰੀ ਮਾਸਟਰਸ ਕਰ ਲਈ ਦੁਬਾਰਾ ਮਾਸਟਰਸ ਲਈ ਤੁਸੀਂ ਅਪਲਾਈ ਨਹੀਂ ਕਰ ਸਕਦੇ, ਜ਼ਰੂਰ ਰਿਜ਼ਰਵ ਪਰ ਵੀ ਸਟੂਡੈਂਟਸ ਨੂੰ ਪੂਰੀ ਗਾਈਡੈਂਸ ਦੇਣਾ। ਦੇਖੋ ਇਹਦੇ ਵਿੱਚ ਵੀ ਮੈਂ ਦੇਖਿਆ ਬਹੁਤ ਬੱਚੇ ਆਉਂਦੇ ਆ ਜਿਹੜੇ ਆ ਕੇ ਕਹਿੰਦੇ ਆ ਕਿ ਜੀ ਮੈਂ ਆਪਣੇ ਲੋਕਲ ਕਿਸੇ ਏਜੰਟ ਕੋਲ ਗਿਆ ਸੀਗਾ, ਉਹਨੇ ਸਾਨੂੰ ਕਿਹਾ ਜੀ ਤੁਸੀਂ ਤਾਂ ਹੁਣ ਆਸਟ੍ਰੇਲੀਆ ਜਾ ਹੀ ਨਹੀਂ ਸਕਦੇ, ਤੁਸੀਂ ਆਲਰੇਡੀ ਮਾਸਟਰਸ ਕੀਤੀ ਹੋਈ ਹੈ, ਜੋ ਕਿ ਇੱਕ ਬਿਲਕੁਲ ਹੀ ਗਲਤ ਮਿੱਥ ਹੈ। ਕੋਈ ਵੀ ਬੱਚਾ ਜਿਹਨੇ ਆਲਰੇਡੀ ਮਾਸਟਰਸ ਕੀਤੀ ਹੋਈ ਹੈ ਦੁਬਾਰਾ ਮਾਸਟਰਸ ਦੇ ਵਿੱਚ ਜਾ ਸਕਦਾ, ਬਸ ਚੀਜ਼ ਕੀ ਆਪਾਂ ਧਿਆਨ ਵਿੱਚ ਕੀ ਰੱਖਣਾ ਕਿ ਅਗਰ ਬੱਚੇ ਨੇ ਮਾਸਟਰਸ ਫੋਰ ਐਗਜ਼ਾਮਪਲ ਉਹਨੇ ਐੱਮ ਕੌਮ ਕੀਤੀ ਹੈ ਤਾਂ ਉਹ ਦੁਬਾਰਾ ਐੱਮ ਕੌਮ ਦੇ ਵਿੱਚ ਨਾ ਅਪਲਾਈ ਕਰੇ, ਉਹਦੇ 'ਚ ਓਬਵੀਅਸਲੀ ਉਹਦੇ 'ਚ ਕੁਸ਼ਚਨ ਕਰੇਗਾ ਹਾਈ ਕਮਿਸ਼ਨ ਕਿ ਯਾਰ ਆਲਰੇਡੀ ਤੁਸੀਂ ਮਾਸਟਰਸ ਆਫ ਕਮਰਸ ਕਰ ਚੁੱਕੇ ਹੋ, ਤੁਸੀਂ ਦੁਬਾਰਾ ਕਿਉਂ ਕਰਨ ਜਾ ਰਹੇ ਹੋ। ਹਮੇਸ਼ਾ ਕੋਰਸ ਡਿਫਰੈਂਟ ਚੂਜ਼ ਕਰੋ ਬਟ ਰੈਲੀਵੈਂਟ, ਦੈਟ ਮੀਨਸ ਕਿ ਸੰਬੜੀ ਡਿਡ ਐੱਮ ਕੌਮ ਹੀ ਲਾ ਲਓ, ਜਿੱਦਾਂ ਮੈਂ ਤੁਹਾਨੂੰ ਕਿ ਐੱਮ ਕੌਮ ਕੀਤੀ ਹੈ, ਉਸ ਤੋਂ ਬਾਅਦ ਉਹਨੇ ਬੀ ਐੱਡ ਕਰਕੇ ਉਹ ਟੀਚਿੰਗ ਲਾਈਨ ਦੇ ਵਿੱਚ ਚਲਾ ਗਿਆ, ਬੱਚਾ ਪੜ੍ਹਾ ਰਿਹਾ 2 ਸਾਲ ਤੋਂ ਸਕੂਲ ਦੇ ਵਿੱਚ, ਉਹ ਮਾਸਟਰ ਆਫ ਟੀਚਿੰਗ 'ਚ ਅਪਲਾਈ ਕਰੇ, ਉਹ ਵੀ ਮਾਸਟਰਸ ਕੋਰਸ ਹੈ ਲੇਕਿਨ ਉਹ ਡਿਫਰੈਂਟ ਕੋਰਸ ਹੈ, ਉਹਦੇ 'ਚ ਕਰੀਅਰ ਪ੍ਰੋਗਰੈਸ਼ਨ ਦਿਖ ਰਿਹਾ ਕਿ ਬੱਚਾ ਹੁਣ ਟੀਚਿੰਗ ਲਾਈਨ ਦੇ ਵਿੱਚ ਆ ਗਿਆ ਤਾਂ ਉਹ ਐਜ਼ ਅ ਟੀਚਰ ਵਰਕ ਕਰਨਾ ਚਾਹੁੰਦਾ, ਆਸਟ੍ਰੇਲੀਆ ਜਾ ਕੇ ਜਾਂ ਇੰਡੀਆ ਦੇ ਵਿੱਚ ਆ ਕੇ ਅੱਛੀ ਪੋਜੀਸ਼ਨ ਲੈਣਾ ਚਾਹੁੰਦਾ, ਤਾਂ ਉਹ ਮਾਸਟਰ ਆਫ ਟੀਚਿੰਗ 'ਚ ਉਹਦੇ 'ਚ ਵੀਜ਼ਾ ਆਫਿਸਰ ਕਦੀ ਵੀ ਵੀਜ਼ਾ ਡਿਨਾਈ ਨਹੀਂ ਕਰੇਗਾ, ਬਿਕੋਜ਼ ਉਹਨੂੰ ਪਿਕਚਰ ਕਲੀਅਰ ਹੈ, ਬੱਚੇ ਦਾ ਵਿਜ਼ਨ ਕਲੀਅਰ ਹੈ। ਸੇਮ ਲਾਈਕ ਅਗਰ ਕੋਈ ਬੱਚੇ ਨੇ ਫੋਰ ਐਗਜ਼ਾਮਪਲ ਇੰਡੀਆ ਦੇ ਵਿੱਚ ਉਹਨੇ ਐੱਮ ਬੀ ਏ ਕੀਤੀ ਸੀਗੀ ਬੱਚੇ ਨੇ ਔਰ ਉਹ ਹੁਣ ਜੋਬ ਕਰ ਰਿਹਾ 2-3 ਸਾਲ ਦੇ, ਉਹ ਬੱਚਾ ਕਿਸੇ ਨਾ ਕਿਸੇ ਕਿਸੇ ਫੀਲਡ ਦੇ ਵਿੱਚ ਜੋਬ ਕਰ ਰਿਹਾ, ਚਾਹੇ ਉਹ ਮਾਰਕੀਟਿੰਗ 'ਚ ਜੋਬ ਕਰ ਰਿਹਾ, ਤਾਂ ਅਗਰ ਉਹ ਦੁਬਾਰਾ ਕਹਿੰਦਾ ਕਿ ਮੈਂ ਐੱਮ ਬੀ ਏ ਸਪੈਸ਼ਲਾਈਜੇਸ਼ਨ ਮਾਰਕੀਟਿੰਗ ਲੈ ਕੇ ਕਰਨੀ ਹੈ, ਤਾਂ ਉਹਨੂੰ ਵੀ ਵੀਜ਼ਾ ਹਾਈ ਕਮਿਸ਼ਨ ਦੇ ਦੇਗਾ, ਬਿਕੋਜ਼ ਉਹਨਾਂ ਨੂੰ ਪਤਾ ਕਿ ਐਜ਼ ਅ ਮਾਰਕੀਟਿੰਗ ਦੇ ਵਿੱਚ ਬੱਚਾ ਜੋਬ ਕਰ ਰਿਹਾ ਔਰ ਉਹਨੂੰ ਵੀ ਅੱਗੇ ਵਧਣ ਲਈ ਆਪਣੀ ਲਾਈਫ ਦੇ ਵਿੱਚ ਅੱਗੇ ਅੱਛੀਆਂ ਪੋਜੀਸ਼ਨਸ ਲੈਣ ਲਈ ਉਹਨੂੰ ਮਾਸਟਰਸ ਡਿਗਰੀ ਕਰਨੀ ਹੀ ਪਏਗੀ ਮਾਰਕੀਟਿੰਗ ਦੇ ਵਿੱਚ, ਆਪਣੇ ਸਕਿੱਲਸ ਨੂੰ ਡਿਵੈਲਪ ਕਰਨ ਲਈ, ਤਾਂ ਉਸ ਕੇਸ 'ਚ ਵੀ ਹਾਈ ਕਮਿਸ਼ਨ ਵੀਜ਼ਾ ਦੇ ਦੇਗਾ। ਸੋ ਦ ਥਿੰਗ ਇਜ਼ ਕਿ ਬੱਚੇ ਨੇ ਆਲਰੇਡੀ ਮਾਸਟਰਸ ਕਿਹੜੀ ਕੀਤੀ ਹੋਈ ਹੈ ਤਾਂ ਹੁਣ ਉਹ ਸਿਲੈਕਟ ਕਿਹੜੀ ਕਰ ਰਿਹਾ, ਚਾਹੇ ਉਹ ਆਪਣੇ ਐਕਸਪੀਰੀਅੰਸ ਦੇ ਬੇਸ 'ਤੇ ਸਿਲੈਕਟ ਕਰ ਰਿਹਾ, ਚਾਹੇ ਉਹ ਬੱਚਾ ਆਪਣੀ ਫੀਲਡ ਨੂੰ ਚੇਂਜ ਕਰ ਰਿਹਾ ਜਾਂ ਆਪਣੇ ਇੰਟਰਸਟ ਨੂੰ ਚੇਂਜ ਕਰ ਰਿਹਾ, ਬੱਚਾ ਕਹਿ ਰਿਹਾ ਕਿ ਨਹੀਂ ਹੁਣ ਮੈਂ ਇਸ ਫੀਲਡ ਦੇ ਵਿੱਚ ਮੇਰਾ ਇੰਟਰਸਟ ਹੈ, ਮੇਰੇ ਦੇਖੋ ਇਸ ਪਰਟੀਕੁਲਰ ਸਬਜੈਕਟ 'ਚ ਨੰਬਰ ਘੱਟ ਸੀਗੇ, ਮੈਂ ਹੁਣ ਇਹਦੇ ਬੇਸ ਦੇ ਉੱਪਰ ਸਿਰਫ ਇਸ ਸਬਜੈਕਟ ਨਾਲ ਰਿਲੇਟਿਡ ਅੱਗੇ ਮਾਸਟਰਸ ਕਰਨ ਜਾ ਰਿਹਾ, ਤਾਂ ਹਾਈ ਕਮਿਸ਼ਨ ਕਦੇ ਵੀ ਵੀਜ਼ਾ ਡਿਨਾਈ ਨਹੀਂ ਕਰੇ। ਬਿਲਕੁਲ, ਯਾਨੀ ਲੌਜਿਕ ਜ਼ਰੂਰ ਹੋਣਾ ਚਾਹੀਦਾ ਅਗਰ ਤੁਸੀਂ ਕਿਸੇ ਵੀ ਸਿਲੈਕਸ਼ਨ ਦੇ ਨਾਲ ਅੱਗੇ ਵਧਣਾ ਚਾਹੁੰਦੇ ਹੋ। ਸੋ ਜਿਨ੍ਹਾਂ ਨੇ ਆਲਰੇਡੀ ਮਾਸਟਰਸ ਕੀਤੀ ਹੋਈ ਹੈ ਤੁਹਾਡੇ ਲਈ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਦਰਵਾਜ਼ੇ ਖੁੱਲ੍ਹੇ ਨੇ, ਪਰ ਸਿਲੈਕਸ਼ਨ ਜੋ ਹੈ ਸਹੀ ਢੰਗ ਨਾਲ ਜ਼ਰੂਰ ਹੋਣੀ ਚਾਹੀਦੀ ਹੈ। ਸੋ ਕੋਈ ਸਵਾਲ ਹੈ ਤਾਂ ਲਗਾਤਾਰ ਨੰਬਰ ਡਿਸਪਲੇ ਇਸ ਉੱਪਰ ਕਾਲ ਕਰੋ, ਪੂਰੀ ਜਾਣਕਾਰੀ ਲਓ, ਜਾਂ ਫਿਰ ਸਟੱਡੀ ਸਕੇਅਰ ਅਬਰੋਡ ਦੇ ਚੰਡੀਗੜ੍ਹ ਤੁਸੀਂ ਚੰਡੀਗੜ੍ਹ ਆਫਿਸ ਵਿੱਚ ਵਿਜ਼ਿਟ ਕਰ ਸਕਦੇ ਹੋ, ਆਪਣੇ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਜਾਇਓ ਤਾਂ ਕਿ ਪੂਰੀ ਅਸੈਸਮੈਂਟ ਕੀਤੀ ਜਾਵੇ ਔਰ ਰਾਈਟ ਕੋਰਸਿਸ ਦੀ ਗਾਈਡੈਂਸ ਤੁਹਾਨੂੰ ਦਿੱਤੀ ਜਾ ਸਕੇ, ਆਪਸ਼ਨ ਤੁਹਾਨੂੰ ਦੱਸੀਆਂ ਜਾ ਸਕਣ। ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ, ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ ਮੈਮ।